ਮੈਨੂੰ ਕਦੇ ਆਪਣੇ ਆਪ ਫੀਲ ਨਹੀਂ ਹੋਇਆ ਮੈਂ ਬਹੁਤ ਵੱਡਾ ਮੈਂ ਤਾਂ ਜਿਵੇਂ ਹੁਣ ਨੋਰਮਲ ਹੁੰਦਾ ਮੈਂ ਤਾਂ ਉਦੀ ਬਿਹੇਵ ਕਰਦਾ ਉਦੀ ਮੇਰੀ ਜ਼ਿੰਦਗੀ ਤਾਂ ਉਵੇਂ ਹੀ ਆ ਪਰ ਜਦੋਂ ਦੇਖਣ ਵਾਲਾ ਦੇਖ ਲਓ ਹੋਰ ਤਰੀਕੇ ਨਾਲ ਦੇਖ ਲਓ ਸੋ ਮੈਨੂੰ ਦੈਟਸ ਵਾਈ ਬ੍ਰਦਰ ਆਪਕੇ ਜੋ ਗਾਣੇ ਹੈ ਆਪਕੇ ਗਾਣੇ ਕੇ ਜੋ ਲਿਰਿਕਸ ਵੀ ਹੋਤੇ ਹੈ ਉਸ ਪੇ ਲਾਈਕ ਹਿਡਨ ਮੀਨਿੰਗ ਹੋਤੀ ਹੈ ਤੋ ਆਪ ਕੁਛ ਮੈਸੇਜ ਦੇਣਾ ਚਾਹ ਰਹੇ ਹੋਤੇ ਹੈ ਆਪ ਲਿਰਿਕਸ ਲਿਖਤੇ ਹੈ तो आप खुद लिखते हैं या मतलब आप कुछ मैसेज देना चाह रहे हैं अपनी दिल की बात कुछ कहना चाह रहे होते हैं ऑलमोस्ट जब भी मैं कुछ ना कुछ लिखता था मेरे मन के यही होता है मेरे जो मन के अंदर है जो मैं लोगों को बोल के दस सकता शायद मैं गा के दस गा के सो मेरे सारे यानी के गाने थैंक यू सो मच थैंक यू सो मच